ਆਪਰੇਸ਼ਨ ਬਲੂ ਸਟਾਰ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜੋ ਸਮਾਨ ਭਾਰਤੀ ਫੌਜ ਲੈ ਗਈ ਸੀ ਉਸ ਦਾ ਆਕਲਨ ਕਰਨ ਦੇ ਲਈ ਜੋ ਕਮੇਟੀ ਬਣਾਈ ਗਈ ਹੈ ਹੁਣ ਛੇਤੀ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਧਿਆਨਯੋਗ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਮਾਨ ਦੇ ਬਾਰੇ ਗ੍ਰਹਿ ਵਿਭਾਗ ਦੁਆਰਾ ਇਹ ਕਿਹਾ ਗਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਆਪਰੇਸ਼ਨ ਬਲੂ ਸਟਾਰ ਦੇ ਬਾਅਦ ਵਾਪਸ ਕੀਤਾ ਜਾ ਚੁੱਕਿਆ, ਲੇਕਿਨ ਵਿਵਾਦ ਤਦ ਵੱਧ ਗਿਆ ਸੀ ਜਦੋਂ ਉਹ ਸਮਾਨ SCPC ਦੇ ਕੋਲ ਨਹੀਂ ਸੀ ਤਾਂ ਇਸ ਲਈ ਇਹ ਕਮੇਟੀ ਬਣਾਈ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦੇ ਮਾਮਲੇ ਉੱਤੇ ਕਿਹਾ ਕਿ ਜਾਂਚ ਹੋ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ SCPC ਦੁਆਰਾ ਸੰਵਿਧਾਨ ਦੇ ਅਨੁਸਾਰ ਦੰਡ ਦਿੱਤਾ ਜਾਵੇਗਾ। ਤੁਹਾਡੇ ਕਾਰਜਕਾਲ ਦੇ ਲਗਭਗ 8 ਮਹੀਨੇ ਬੀਤ ਚੁੱਕੇ ਨੇ, ਲੇਕਿਨ ਰੈਫਰੈਂਸ ਲਾਇਬ੍ਰੇਰੀ ਦੇ ਬਾਰੇ ਵਿੱਚ ਕੋਈ ਵੀ ਗੱਲਬਾਤ ਨਹੀਂ ਕਰ ਰਹੇ। ਮੀਟਿੰਗ ਉਹਨਾਂ ਨੇ ਕੀਤੀ ਹੈ, ਚੀਫ ਸੈਕਟਰੀ ਸਾਹਿਬ ਨੇ ਕੀਤੀ ਹੈ, ਉਹ ਫਿਰ ਦੁਬਾਰਾ ਉਹਦੀ ਕਾਰਵਾਈ ਚੱਲ ਪਈ ਹੈ, ਛੇਤੀ ਉਹਨਾਂ ਨੇ ਕੰਪਲੀਟ ਕਰ ਲੈਣਾ। ਕਦੋਂ ਤੱਕ ਆਸ ਕੀਤੀ? ਦੇਖੋ ਹੁਣ ਮੈਂ ਤੁਹਾਨੂੰ ਰਿਪੋਰਟ ਪੁੱਛਾ ਗਈ ਨਾ ਕਿੱਥੇ ਕੁ ਪਹੁੰਚੇ ਹੈ, ਫਿਲਹਾਲ ਤਾਂ ਮੈਨੂੰ ਦੱਸਿਆ ਸੀਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਮੀਟਿੰਗ। ਦੇਖੋ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਬਹੁਤ ਸਾਰੇ ਇੰਨੇ ਕੰਮ ਰੁਝੇਵੇਂ ਪੈ ਗਏ ਆ ਸਾਨੂੰ, ਬਹੁਤ ਇੰਨੇ ਐਮਰਜੈਂਸੀ ਦੇ ਕੰਮ ਆ ਗਏ ਆ ਜਿਹਦੇ ਕਰਕੇ ਆ ਪੂਰਾ ਮਹੀਨਾ ਤਾਂ ਦੱਸੀ ਤਕਰੀਬਨ ਉਹਨਾਂ ਵਿੱਚ ਹੀ ਲੱਗੇ ਰਹੇ। ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਪਿਛਲੇ ਸਸਪੈਂਡ ਹੋਏ, 300-400 ਕੇਸ ਜਿਹੜੇ ਸਸਪੈਂਡ ਹੋਏ ਪਏ ਸੀ, ਜਿਹੜੇ ਅਸੀਂ ਪਿਛਲੇ ਸਾਲਾਂ ਦੇ ਕੱਢ ਕੇ ਨਿਬੇੜੇ, ਜਿਹਨਾਂ ਨੂੰ ਕੋਈ ਸਜ਼ਾ ਦੇਣੀ ਸਜ਼ਾ ਦਿੱਤੀ ਹੈ, ਡਿਸਮਿਸ ਕਰਨਾ ਡਿਸਮਿਸ ਕੀਤਾ, ਜਿਹਨਾਂ ਦੇ ਛੋਟੇ ਮੋਟੇ ਕੇਸ ਹੁੰਦੇ ਸੁਣ ਕੇ ਕਈ ਵਾਰੀ ਉਹਨੂੰ ਚਾਂਸ ਵੀ ਦਿੱਤਾ ਜਾਂਦਾ ਜਾਂ ਕੁਛ ਵੀ ਕੀਤਾ ਜਾਂਦਾ, ਪੂਰੀ ਮੈਰਿਟ ਦੇ ਉੱਤੇ ਉਹਨਾਂ ਦਾ ਸਾਰਾ ਕੀਤਾ। ਸੋ ਰੋਜ਼ ਉਹ ਕੋਈ ਨਾ ਕੋਈ ਲੰਗਰ ਦੀ ਜਿਹੜੀ ਸੋਲਰ ਕਮੇਟੀ ਦਾ ਸੋਲਰ ਸਿਸਟਮ ਦਾ ਕੰਮ ਚੱਲ ਰਿਹਾ, ਕੁਝ ਉਹਦੀਆਂ ਮੀਟਿੰਗਾਂ ਆ ਗਈਆਂ, ਕਦੀ ਉਹ ਜਿਹੜੀ ਸਟੀਮ ਕਿਚਨ ਦਾ ਕੰਮ ਚੱਲਦਾ ਉਹਦਾ ਸਾਰਾ ਹੀ, ਜਿਹੜੀ ਫਾਊਂਡੇਸ਼ਨ ਹੈ ਜਾਂ ਸਾਡੇ ਕੋਲਡ ਸਟੋਰੇਜ ਨੇ ਜਾਂ ਡਰੇਨੇਜ ਹੈ, ਉਹ ਸਾਰੇ ਕੰਮ ਜਿਹੜੇ ਆ ਚੱਲਣ ਰਹੇ ਆ, ਉਹਦੀਆਂ ਮੀਟਿੰਗਾਂ ਕਰਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਸੋ ਗੁਰੂ ਗ੍ਰੰਥ ਸਾਹਿਬ ਭਵਨ ਦੀਆਂ ਪੂਰੀ ਜਿਹੜੀ ਹੈ ਬਕਾਇਦਾ ਅਸੀਂ ਮੀਟਿੰਗਾਂ ਕਰ ਕਰਕੇ ਉਹਦੀ ਤਕਰੀਬਨ ਤਿਆਰੀ ਸਾਡੀ ਹੋ ਗਈ ਹੈ, ਉਹ ਹੁਣ ਅਸੀਂ ਲਿਆ ਕੇ ਐਗਜੈਕਟਿਵ ਦੇ ਵਿੱਚ ਦਿਖਾਲ ਕੇ ਉਹਦਾ ਕੰਮ ਸ਼ੁਰੂ ਕਰ ਰਹੇ ਹਾਂ। ਸੋ ਬਹੁਤ ਸਾਰੇ ਐਸੇ ਕੰਮ ਹੈ, ਹੁਣ ਅਸੀਂ ਜਿਹੜੀ ਬੁੰਗਾ ਹੈ ਉਹ ਬੁੰਗਾ ਤਿਆਰ ਕਰਨ ਵਾਸਤੇ ਅਸੀਂ ਨਕਸ਼ਾ ਤਿਆਰ ਕਰਵਾ ਲਿਆ, ਉਹ ਲਿਆਉਣਾ ਹੈ, ਅਜਾਇਬ ਘਰ ਦਾ ਨਕਸ਼ਾ ਬਣਿਆ ਹੋਇਆ ਉਹ ਮੰਗਾਉਣ ਲੱਗੇ। ਬਹੁਤ ਸਾਰੇ ਐਸੇ ਕੰਮ ਹੈ ਜਿਹੜਾ ਲੰਬਾ ਸਮਾਂ ਮੰਗਦੇ ਆ, ਔਰ ਜਿਹਨਾਂ ਵਾਸਤੇ ਟੈਕਨੀਕਲ ਵੀ ਅਤੇ ਆਰਕੀਟੈਕਟ ਵੇ ਦੇ ਤੌਰ ਦੇ ਉੱਤੇ ਵੀ ਕੰਮ ਕਰਨੇ। ਹੁਣ ਸਾਡੇ ਕੋਲ ਹੋਰ ਕੰਮ ਪੈਦਾ ਹੋ ਗਏ ਆ, ਜਿੱਦਾਂ ਦਰਸ਼ਨ ਜੋੜੀ ਨੂੰ ਕਿਸ ਤਰ੍ਹਾਂ ਅਸੀਂ ਮੇਨਟੇਨ ਕਰਨਾ, ਕਿਵੇਂ ਇਸ ਨੂੰ ਅਸੀਂ ਰਿਸਟੋਰ ਕਰਨਾ, ਕਿਵੇਂ ਅਸੀਂ ਖੂਹ ਜਿਹੜਾ ਅੰਦਰ ਪਿਆ ਹੋਇਆ ਉਹਨੂੰ ਕਿੱਦਾਂ ਸੰਭਾਲਣਾ, ਅਸੀਂ ਜਿਹੜੀ ਅਗਲੀ ਸ਼ਹੀਦੀ ਗੈਲਰੀ ਹੈ ਉਹਨੂੰ ਕਿੱਦਾਂ ਕੰਪਲੀਟ ਕਰਨਾ, ਕਿਉਂਕਿ ਅਸੀਂ ਵਚਨ ਕੀਤਾ ਤੁਹਾਨੂੰ ਵੀ ਛੇਤੀ ਅਸੀਂ ਕਰਾਂਗੇ। ਸੋ ਸਾਰੇ ਕੰਮ ਵਿੱਚ ਬਹੁਤ ਸਾਰੇ ਪੈ ਜਾਂਦੇ ਆ, ਜਿਹਦੇ ਨਾਲ ਕੰਮ ਹੋਰ ਵੀ ਬੜੇ ਆ ਜਾਂਦੇ ਆ ਅਤੇ ਫਿਰ ਕੰਮ ਥੋੜ੍ਹਾ ਡਿਲੇ ਹੋ ਜਾਂਦਾ। ਹੋਰ ਕੋਈ ਗੱਲ ਨਹੀਂ, ਸਸਪੈਂਡ ਮੁਲਾਜ਼ਮਾਂ ਦੀ ਗੱਲ ਕੀਤੀ ਜਾ ਰਹੀ ਹੈ, ਇਹਨਾਂ ਮੀਟਿੰਗਾਂ ਦੇ ਵਿੱਚ 328 ਪਾਵਨ ਸਰੂਪਾਂ ਦੇ ਵਿੱਚ ਜਿਹੜੇ ਸਸਪੈਂਡ ਕੀਤੇ ਸੀ ਉਹਨਾਂ ਕੋਲੋਂ ਵੀ ਬਿਆਨ ਲਿੱਤੇ ਗਏ, ਉਹਨਾਂ ਨੂੰ ਵੀ ਕੀ ਚਰਚਾ ਚੱਲ ਰਹੀ ਹੈ ਕਿ ਬਾਹਰ ਨਹੀਂ ਸੁਣ ਲਿਆ? ਦੇਖੋ ਸੁਣ ਲਿਆ ਉਹਨਾਂ ਨੇ, ਉਹਨਾਂ ਕੋਰਟ 'ਚ ਵੀ ਗਏ ਹੋਏ ਆ, ਉਹਨਾਂ ਨੂੰ ਸੁਣਿਆ ਵੀ ਗਿਆ, ਜਿੰਨਾ ਉਹਦਾ ਦੋਸ਼ ਹੋਏਗਾ ਉਹਨੂੰ ਸਜ਼ਾ ਵੀ ਦਿੱਤੀ ਜਾਊਗੀ, ਜਿੰਨਾ ਨਹੀਂ ਦੋਸ਼ ਹੋਏਗਾ ਤਾਂ ਉਹਨਾਂ ਨੂੰ ਸਰਵਿਸ ਦਾ ਅਸੀਂ ਬਿਨਾਂ ਵਜ੍ਹਾ ਤੋਂ ਵੀ ਅਸੀਂ ਨਹੀਂ ਕੱਢ ਸਕਦੇ ਕਿਸੇ ਨੂੰ। ਦੇਖੋ ਜੇ ਅਸੀਂ ਮਾਨਵਤਾ ਦੀ ਗੱਲ ਕਰਦੇ ਹਾਂ, ਮਨੁੱਖਤਾ ਦੀ ਧੱਕਾ ਵੀ ਨਹੀਂ ਸੰਸਥਾ ਕਰ ਸਕਦੀ, ਜਿਹੜੇ ਦੋਸ਼ੀ ਨੇ ਉਹ ਦੋਸ਼ੀ ਹੈ, ਔਰ ਜਿਹੜੇ ਦੋਸ਼ੀਆਂ ਨੇ ਗਲਤੀ ਕੀਤੀ ਉਹਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ, ਇਹ ਨਹੀਂ ਕਿ ਉਹਨੂੰ ਸਜ਼ਾ ਹੀ ਨਹੀਂ ਦੇਣੀ। ਹੁਣ ਜਿਹਨਾਂ ਨੇ ਉੱਥੇ ਕਰਪਸ਼ਨ ਕੀਤੀ ਹੈ, ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਨਹੀਂ ਅੰਦਰ ਐਂਟਰ ਨਹੀਂ ਕੀਤਾ ਜਾਂ ਉਹਨਾਂ ਦੇ 'ਚ ਰਿਕਾਰਡ ਨਹੀਂ ਬਣਾਇਆ, ਫਿਰ ਨੈਚੁਰਲੀ ਉਹਨਾਂ 'ਤੇ ਐਕਸ਼ਨ ਲਿਆ ਜਾਏਗਾ। ਸੋ ਥੋੜ੍ਹਾ ਜਿਹਾ ਸਮਾਂ ਵਿਚਾਰ ਕਰਨੀ ਪੈਂਦੀ। ਕੁਝ ਰਾਹਤ ਮਿਲ ਸਕਦੀ? ਦੇਖੋ ਸਿੱਧੀ ਹੈ ਵੀ ਰਾਹਤ ਨਹੀਂ, ਉਹਨਾਂ ਨਾਲ ਇਨਸਾਫ ਕੀਤਾ ਜਾ ਸਕਦਾ, ਧੱਕਾ ਨਹੀਂ ਕੀਤਾ ਜਾ ਸਕਦਾ। ਕੋਈ ਇਹ ਨਹੀਂ ਕਿ ਓਵਰਡਿਊ ਉਹਨਾਂ ਨੂੰ ਜਿਹੜੀ ਹੈ ਰਿਆਇਤ ਦਿੱਤੀ ਜਾਏ, ਕਿਉਂਕਿ ਇਹ ਮਸਲਾ ਬੜਾ ਸੈਂਸਿਟਿਵ ਸੀ। ਉਹ ਸੈਂਸਿਟਿਵ ਦੇ ਜੁੜੇ ਨਾਲ ਜੁੜੇ ਹੋਏ ਜਿੰਨੇ ਮੁਲਾਜ਼ਮ ਸੀ, ਜਿਨ੍ਹਾਂ ਦਾ ਕੋਈ ਜਿੱਥੇ ਜਿੱਥੇ ਡਿਊਟੀ ਬਣਦੀ ਸੀ, ਦੇਖੋ ਇੱਕ ਲਾਈਨ ਦੇ ਵਿੱਚ 100 ਬੰਦਾ, 100 ਦੀ ਨਹੀਂ ਬਣ ਜਾਂਦੀ ਹੁੰਦੀ ਸਟਾਰਟਿੰਗ 'ਚ, ਜਿਹਦੀ ਬਣਦੀ ਜਿਹਦੇ ਹੱਥਾਂ 'ਚੋਂ ਨਿਕਲਣਾ ਹੁੰਦਾ, ਜਿਹਨੇ ਕੰਮ ਕਰਨਾ ਹੁੰਦਾ ਉਹਨਾਂ ਦੀ ਡਿਊਟੀ ਬਣਦੀ ਹੁੰਦੀ। ਸੋ ਇਸ ਕਰਕੇ ਜਿਹੜੇ ਬੰਦੇ ਉਹਨਾਂ ਇਨਵੋਲਵ ਹੋਣਗੇ ਉਹਨਾਂ ਨੂੰ ਬਕਾਇਦਾ ਸਜ਼ਾ ਜਿਹੜੀ ਢੁਕਵੀਂ ਦਿੱਤੀ ਜਾਊ। ਜੇ ਉਹਦੇ 'ਚ ਕੋਈ ਸਜ਼ਾ ਘੱਟ ਹੋਏਗੀ ਤਾਂ ਉਹਨੂੰ ਰਿਆਇਤ ਦਿੱਤੀ ਜਾ ਸਕਦੀ, ਉਹਨੂੰ ਦੁਬਾਰਾ ਸ਼੍ਰੋਮਣੀ ਕਮੇਟੀ? ਨਹੀਂ ਨਹੀਂ, ਜੇ ਉਹਦਾ ਰੋਲ ਨਹੀਂ ਹੈ, ਜੇ ਉਹਨਾਂ ਦਾ ਉਹ ਨਹੀਂ ਬਣਦਾ ਸੀ, ਉਹਨਾਂ ਨੂੰ ਵੈਸੇ ਹੀ ਉਸ ਵੇਲੇ ਦੇਖ ਅਣਦੇਖੀ ਕੀਤੀ ਹੈ, ਜਾਂ ਉਹਨਾਂ ਰਿਪੋਰਟਾਂ ਵਿੱਚ ਉਹਨਾਂ ਦਾ ਨਹੀਂ ਕੋਈ ਆਇਆ ਦੋਸ਼, ਜੇ ਸਾਬਤ ਨਹੀਂ ਹੋ ਸਕਿਆ, ਉਹਨਾਂ ਨੂੰ ਸੁਣਿਆ ਗਿਆ, ਜੇ ਉਹ ਸੁਣ ਕੇ ਇਹਨਾਂ ਨੇ ਦਰਿਆਫਤ ਕਰਕੇ ਰਿਕਾਰਡ ਦੇਖ ਕੇ ਜੇ ਮਹਿਸੂਸ ਕੀਤਾ ਕਿ ਇਹਨਾਂ ਦਾ ਦੋਸ਼ ਨਹੀਂ, ਤਾਂ ਫਿਰ ਉਹਨਾਂ ਨੂੰ ਕੁਦਰਤੀ ਹੈ ਵੀ ਉਹਨਾਂ ਨੂੰ ਇਨਸਾਫ ਦਿੱਤਾ ਜਾਊ। ਜੇ ਦੋਸ਼ੀ ਨੂੰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਉਹਨਾਂ ਤੋਂ? ਕਾਨੂੰਨੀ ਸਾਡੀ ਐਕਟ ਅਨੁਸਾਰ ਹੈ ਜੀ, ਕਾਨੂੰਨੀ ਦਾ ਐਕਟ ਵਿੱਚ ਲਿਖਿਆ ਹੋਇਆ ਵੀ ਅਸੀਂ ਕੀ ਕਾਨੂੰਨੀ ਕਾਰਵਾਈ ਕਰਨੀ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।